ਅੱਛਾ ਜੀ ਵੀਰੋ ਕਬੂਤਰ ਅਲਹਮਦੁਲਿਲਾ ਕਾਫੀ ਹੱਦ ਤੱਕ ਸਰਾਂ ਕੱਢਣ ਲੱਗੇ ਨੇ ਮਾਸ਼ਾਅੱਲਾ ਦਾਣਾ ਪਾ ਸੜਿਆ ਤੁਹਾਨੂੰ ਵਿਖਾਉਂਦੇ ਹਾਂ ਇਹਨਾਂ ਦੀਆਂ ਸਰਾਂ ਵੀ ਕਾਫੀ ਹੱਦ ਤੱਕ ਜਿਹੜੀਆਂ ਇਹਨਾਂ ਨਿਕਲਣ ਲੱਗੀਆਂ ਨੇ ਇਨਸ਼ਾਅੱਲਾ ਤਕਰੀਬਨ 5 ਤੋਂ 6 ਦਿਨ 'ਚ ਜਿਹੜਾ ਨਾ ਆਪਣੀ ਉਡਾਨ ਭਰਨ ਲਾ ਪੈਣਦੇ ਇਨਸ਼ਾਅੱਲਾ ਪਟਾਈ ਤੋਂ ਬਾਅਦ ਅੱਜ ਤਕਰੀਬਨ 12-10 ਦਿਨ ਹੋ ਗਏ ਨੇ ਅੱਗੇ ਪਟਾਈ ਕੀਤੀ ਹੈ ਅਤੇ 5 ਕੁ ਦਿਨ ਤਕਰੀਬਨ ਹੋਰ ਲੈਣ ਦੇ ਜ਼ਿਆਦਾ ਜ਼ਿਆਦਾ 10 ਦਿਨ ਨਹੀਂ ਲੈਣ ਦੇ ਉਸ ਤੋਂ ਬਾਅਦ ਇਨਸ਼ਾਅੱਲਾ ਉੱਡਣ ਲਾ ਪੈਣ ਦੇ ਕਾਫੀ ਜ਼ਿਆਦਾ ਜਿਹੜੀਆਂ ਸਰਾਂ ਨੇ ਉਹ ਤੁਸੀਂ ਵੇਖ ਸਕਦੇ ਹੋ ਅਲਹਮਦੁਲਿਲਾ ਕੱਢਣ ਲੱਗੇ ਨੇ ਮਜ਼ੇ ਦੀ ਚੀਜ਼ ਤੁਹਾਨੂੰ ਦੱਸਾਂ ਪਟਾਈ ਕੀਤੀ ਇੱਕ ਕਬੂਤਰ ਵਿੱਚ ਬਿਮਾਰ ਨਹੀਂ ਹੋਇਆ ਇੱਕ ਕਬੂਤਰ ਹੈ ਸੀ ਉਹ ਥੋੜ੍ਹਾ ਜਿਹਾ ਸੁਸਤ ਰਿਹਾ ਇੱਕ ਦਿਨ ਉਹਨੇ ਪਾਰਕ ਨੂੰ ਮੁਕਾਏ ਨੇ ਉਸ ਤੋਂ ਬਾਅਦ ਉਹ ਬਿਲਕੁਲ ਜਨਾਬ ਉਹ ਵੀ ਅਲਹਮਦੁਲਿਲਾ ਠੀਕ ਹੋ ਗਿਆ ਵੇ ਅਤੇ ਕੋਈ ਕਬੂਤਰ ਜਿਹੜਾ ਬਿਮਾਰ ਨਹੀਂ ਹੋਇਆ ਕੋਈ ਵੈਕਸੀਨਾਂ ਨਹੀਂ ਕੋਈ ਸ਼ਰਬਤ ਨਹੀਂ ਹੈ ਬਸ ਕਬੂਤਰਾਂ ਨੂੰ ਤੁਸੀਂ ਨਾਰਮਲ ਤਰੀਕੇ ਨਾਲ ਜਨਾਬ ਜਿਹੜੀ ਖੁਰਾਕ ਪਾਉਂਦੇ ਹੋ ਇਹ ਖੁਰਾਕ ਤੋਂ ਪਾਣੀ ਹੈ ਅਤੇ ਫਿਰ ਇਹਨਾਂ ਦੀ ਜਿਹੜੀ ਉਹ ਪਟਾਈ ਕਰ ਲੈ ਕੋਈ ਮਸਲਾ ਹੀ ਨਹੀਂ ਹੈ ਕਿਸੇ ਕਿਸਮ ਦਾ ਕੋਈ ਇਸ਼ੂ ਨਹੀਂ ਤੁਹਾਡੇ ਸਾਹਮਣੇ ਦੇ ਸਾਰੇ ਅਲਹਮਦੁਲਿਲਾ ਸਾਰੇ ਕਬੂਤਰ ਤੁਹਾਨੂੰ ਮੈਂ ਨੇੜਿਓਂ ਕਰਕੇ ਖਾਣਾ ਵਾ ਬਿਲਕੁਲ ਐਕਟਿਵ ਨੇ ਸਾਰੇ ਕਬੂਤਰ ਅਲਹਮਦੁਲਿਲਾ ਕੋਈ ਕਿਸੇ ਕਬੂਤਰ ਨੂੰ ਜਨਾਬ ਤੁਸੀਂ ਵੇਖ ਸਕਦੇ ਹੋ ਮਸਲਾ ਨਹੀਂ ਆਇਆ ਕਿਸੇ ਕਿਸਮ ਦਾ ਵੀ ਅਤੇ ਬਾਕੀ ਜੇ ਮਾਲ ਦੀ ਤੁਹਾਨੂੰ ਗੱਲ ਦੱਸੀਏ ਤਾਂ ਮਾਲ ਵੀ ਅਲਹਮਦੁਲਿਲਾ ਸਾਰਾ ਜਿਹੜਾ ਉਹ ਬਿਲਕੁਲ ਠੀਕ ਠਾਕ ਪੱਠੇ ਛੱਠੇ ਖਾ ਕੇ ਅਤੇ ਵੇਖ ਸਕਦੇ ਹੋ ਤੁਸੀਂ ਇਸ ਟਾਈਮ ਜਨਾਬ ਕੋਈ ਧੁੱਪੇ ਕੋਈ ਛਾਵੇਂ ਸਾਰਾ ਮਾਲ ਜਿਹੜਾ ਗਾਵਾਂ ਤਾਂ ਰਜਦੀਆਂ ਹੈ ਨਹੀਂ ਨਾ ਵੇਖ ਸਕਦੇ ਚਾਰੇ ਲੱਗੀਆਂ ਨੇ ਖਾਣ ਲੈਣ ਵਾਲ ਮੱਝਾਂ ਤਕਰੀਬਨ ਜਿਹੜਾ ਉਹ ਹਟ ਗਈਆਂ ਨੇ ਪੱਠੇ ਖਾ ਕੇ ਵੇਖ ਸਕਦੇ ਹੋ ਇਹ 2 ਲੱਗੀਆਂ ਨੇ ਬਾਕੀ ਤਕਰੀਬਨ ਸਾਰੀਆਂ ਹਟ ਗਈਆਂ ਨੇ ਠੀਕ ਹੈ ਪੱਠੇ ਖਾ ਕੇ ਰੱਜ ਕੇ ਅਤੇ ਪਿੱਛਾ ਹਟ ਗਈਆਂ ਨੇ ਅਤੇ ਜਿਹੜੇ ਨੇ ਨਾ ਗਾਵਾਂ ਇਹਨਾਂ ਦਾ ਬੱਕਰੀਆਂ ਵਾਲੇ ਹਿਸਾਬ ਇਹ ਨਹੀਂ ਰੱਜਦੀਆਂ ਇਹ ਖਾਈ ਜਾਂਦੀਆਂ ਨੇ ਸਮਝ ਨਹੀਂ ਆਉਂਦੀ ਇਹਨਾਂ ਦੇ ਕੀ ਮਾਮਲਾ ਹੈ ਬਾਕੀ ਜ਼ਿਆਦਾਤਰ ਜਿਹੜੀਆਂ ਮੱਝਾਂ ਨੇ ਨਾ ਇਹਨਾਂ ਦਾ ਇੱਕ ਪੱਠੇ ਥੋੜ੍ਹੇ ਬਹੁਤ ਜਿਹੜੇ ਪਾਰ ਲਈਏ ਨਾ ਖਾ ਕੇ ਰੱਜ ਕੇ ਸਾਈਡ 'ਤੇ ਹੋ ਜਾਂਦੀਆਂ ਉੱਧਰ ਤੁਸੀਂ ਜਾ ਵੀ ਤੁਹਾਨੂੰ ਖਾਨੇ ਦੇ ਨਾਲ ਪੱਠੇ ਖਾ ਰਹੇ ਨੇ ਮਾਸ਼ਾਅੱਲਾ ਸਾਰੇ ਮਜ਼ੇ ਨਾਲ ਠੀਕ ਹੈ ਜੀ ਇਹ ਵੇਖ ਸਕਦੇ ਹੋ ਵਾਹ ਜੀ ਵਾਹ ਉੱਧਰ ਖੱਖੜੀਆਂ ਦਾ ਕਿੰਨੂ ਮਾਲ ਰਿਹਾ ਆ ਗਏ ਜੀ ਇਹ ਖੱਖੜੀਆਂ ਕਿਹੜੇ ਮੌਸਮ ਦੀਆਂ ਆ ਗਈਆਂ ਜੀ ਵਾਕਈ ਯਾਰ ਖੱਖੜੀਆਂ ਜੀ ਮਹਿਮਾਨਾਂ ਜ਼ੂਮ ਕਰਕੇ ਖਾਲੀ ਆਵਾਜ਼ ਨਹੀਂ ਹੈ ਖੱਖੜੀਆਂ ਦੇ ਉਹਨਾਂ ਟੋਕਰੀ ਪਾਈ ਨੇ ਭਰੀ ਵੀ ਜੇ ਇਹ ਨਵੇਂ ਮੌਸਮ ਦਾ ਮੇਵਾ ਆ ਗਿਆ ਆਈਏ ਤਾਂ ਮਸਾਂ ਮਸਾਂ ਜਿਹੜਾ ਸਰਦੀ ਨੇ ਜਿਹੜਾ ਉਹ ਜਾਨ ਛੱਡੀ ਹੈ ਮੌਸਮ ਬਿਹਤਰ ਹੋਇਆ ਅਲਹਮਦੁਲਿਲਾ ਤੁਸੀਂ ਵੇਖ ਸਕਦੇ ਹੋ ਕਾਫੀ ਹੱਦ ਤੱਕ ਜਿਹੜਾ ਮੌਸਮ ਚੇਂਜ ਹੋ ਗਿਆ ਅਤੇ ਕੋਟ ਸ਼ੋਟ ਲੱਥੇ ਨੇ ਜਰਸੀ ਅੱਛਾ ਜੀ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਹੋ ਕਬੂਤਰਾਂ ਨੇ ਸਰਾਂ ਕਾਫੀ ਜ਼ਿਆਦਾ ਜਿਹੜਾ ਉਹ ਕੱਢ ਲਈਆਂ ਨੇ ਇਨਸ਼ਾਅੱਲਾ ਮਾਸ਼ਾਅੱਲਾ ਤੁਸੀਂ ਚੈੱਕ ਕਰ ਸਕਦੇ ਹੋ 5-10 ਦਿਨ 'ਚ ਇਨਸ਼ਾਅੱਲਾ ਉੱਡਣ ਲੱਗ ਪੈਂਦੇ ਪਹਿਲੇ ਤਾਂ ਵੈਸੇ ਬਟੇਰੇ ਹੀ ਬਣੇ ਹਨ ਬਸ ਹੋਏ ਅੱਖ ਵੀ ਤੁਹਾਨੂੰ ਚੈੱਕ ਕਰਾਈਏ ਜਾਨਵਰ ਦੀ ਇਹ ਜੇ ਜ਼ਰਦ ਅੱਖਾਂ ਅੱਖ ਚੈੱਕ ਕਰੋ ਜ਼ਰਾ ਪੈਰ ਚੈੱਕ ਕਰੋ ਫੁੱਲ ਲਾਲ ਠੀਕ ਹੈ ਜੀ ਇਹ ਜ਼ਰਦ ਅੱਖਾਂ ਕਬੂਤਰ ਹੈ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਹੋ ਇਹਦੇ ਪੰਜੇ ਚੈੱਕ ਕਰੋ ਪੈਰ ਚੈੱਕ ਕਰੋ ਬੱਚਾ ਮਾਸ਼ਾਅੱਲਾ ਕਮਾਲ ਦਾ ਬਾਕੀ ਸਾਰੇ ਕਬੂਤਰ ਹੀ ਅਲਹਮਦੁਲਿਲਾ ਵੱਧ ਤੋਂ ਵੱਧ ਨੇ ਇਨਸ਼ਾਅੱਲਾ ਕੁਝ ਦਿਨਾਂ ਤੱਕ ਜਿਹੜਾ ਹੈ ਨਾ
ਕੁਝ ਦਿਨਾਂ ਤੱਕ ਇਨਸ਼ਾਅੱਲਾ ਉੱਡਣ ਲਾ ਪੈਂਦੇ ਬਾਕੀ ਮਜ਼ੇ ਦੀ ਚੀਜ਼ ਹੈ ਕਿ ਸਾਰੇ ਕਬੂਤਰ ਅਲਹਮਦੁਲਿਲਾ ਠੀਕ ਨੇ ਐਕਟਿਵ ਨੇ ਕੋਈ ਮਸਲਾ ਨਹੀਂ ਹੈ ਯਾਰ ਮੈਨੂੰ ਤਾਂ ਇਹ ਬੜੀ ਚੀਜ਼ ਪਸੰਦ ਆਈ ਹੈ ਬੜੀਆਂ ਵੀਡੀਓਜ਼ ਵੇਖੀਆਂ ਨੇ ਬੜੇ ਬੰਦਿਆਂ ਨੇ ਇਹ ਵੀ ਆਖਿਆ ਜੀ ਕਬੂਤਰਾਂ ਦੀ ਪਟਾਈ ਕਰੀਏ ਕਬੂਤਰ ਬਿਮਾਰ ਹੋ ਜਾਂਦੇ ਨੇ ਵੈਕਸੀਨ ਦਿਓ ਸ਼ਰਬਤ ਦਿਓ ਇਹ ਕਰੋ ਲੇਕਿਨ ਅਲਹਮਦੁਲਿਲਾ ਕੋਈ ਚੀਜ਼ ਨਹੀਂ ਕਬੂਤਰਾਂ ਦਿੱਤੀ ਹੈ ਨਾਰਮਲ ਜਿਹੜਾ ਦਾਣਾ ਉਹਨਾਂ ਨੂੰ ਪਾਈਦਾ ਉਹ ਹੀ ਹਰਾ ਕੇ ਅਤੇ ਉਹਦੇ ਵਿੱਚ ਹੀ ਪਟਾਈ ਕੀਤੀ ਅਲਹਮਦੁਲਿਲਾ ਕਿਸੇ ਕਬੂਤਰ ਨੂੰ ਕਿਸੇ ਕਿਸਮ ਦਾ ਕਬੂਤਰ ਇੱਕ ਵਾਰਾ ਪਿਆ ਫਿਰਦਾ ਜਨਾਬ ਅਤੇ ਹੋ ਸਕਦਾ ਆ ਜਾਇਓ ਉਹਦਾ ਵੀ ਤੁਹਾਨੂੰ ਸ਼ੋਅ ਕਰਾਉਂਦੇ ਹਾਂ ਜੇ ਫਰੀ ਗਿਆ ਨਾ ਜੇ ਬਹਿੰਦਾ ਤਾਂ ਛੱਤ ਮਾਸ਼ਾਅੱਲਾ ਖੁੱਲ੍ਹੀ ਹੈ ਕਬੂਤਰ ਲੈ ਆਉਂਦੇ ਨੇ ਜ਼ਿਆਦਾਤਰ ਕਬੂਤਰ ਜਿਹੜਾ ਨਾ ਆਉਂਦੇ ਨੇ ਲੇਕਿਨ ਇਹ ਵੀ ਕਿ ਜੇ ਕਬੂਤਰ ਆਉਂਦਾ ਨਾ ਇਨਸ਼ਾਅੱਲਾ ਤਾਂ ਵਾਰਾ ਤਾਂ ਉਹ ਵੀ ਤੁਹਾਨੂੰ ਖਾਂਦੇ ਆ ਕਬੂਤਰ ਅਲਹਮਦੁਲਿਲਾ ਸਾਰੇ ਜਿਹੜਾ ਨਾ ਉਹ ਸਰਾਂ ਕੱਢਣ ਲੱਗ ਪਏ ਨੇ ਇਨਸ਼ਾਅੱਲਾ ਕੁਝ ਦਿਨਾਂ ਤੱਕ ਇਹਨਾਂ ਨੂੰ ਉਡਾਂ ਦੇ ਵੀ ਇਨਸ਼ਾਅੱਲਾ ਉਹ ਵੀ ਤੁਹਾਡੇ ਨਾਲ ਇਹਨਾਂ ਦਾ ਸਾਰਾ ਸਿਲਸਿਲਾ ਸ਼ੇਅਰ ਕਰਾਂਗੇ ਇਨਸ਼ਾਅੱਲਾ ਸਾਰੀ ਬਾਜ਼ੀ ਤੁਹਾਨੂੰ ਇਹਨਾਂ ਵਹਾਂਦੇ ਅੱਲਾ ਦੇ ਹੁਕਮ ਨਾਲ ਅੱਲਾ ਖੈਰ ਕਰੇ ਬਾਕੀ ਤੁਸੀਂ ਮਾਸ਼ਾਅੱਲਾ ਵੇਖ ਸਕਦੇ ਹੋ ਜਾਨਵਰ ਸਾਰੇ ਵੱਧ ਤੋਂ ਵੱਧ ਨੇ ਫਿਰ ਤੁਹਾਨੂੰ ਵਹਾਉਂਦੇ ਹਾਂ ਜਨਾਬ ਨੇੜਿਓ ਕਰਕੇ ਅੱਜ ਕਿਉਂਕਿ ਦੋ ਦਿਨ ਹੋ ਗਏ ਨੇ ਮੈਂ ਕਬੂਤਰਾਂ ਦੀ ਵੀਡੀਓ ਨਹੀਂ ਬਣਾ ਸਕਿਆ ਮਸਰੂਫ ਹਾਂ ਅਤੇ ਮੈਂ ਕਿਹਾ ਯਾਰ ਵੀਰ ਭਰਾ ਇੰਤਜ਼ਾਰ ਕਰ ਰਹੇ ਹੋਣ ਦੇ ਅਤੇ ਚਲੋ ਇਨਸ਼ਾਅੱਲਾ ਅੱਜ ਦੀ ਵੀਡੀਓ ਜਿਹੜੀ ਹੈ ਉਹ ਅਪਲੋਡ ਕਰੀਏ ਮਾਸ਼ਾਅੱਲਾ ਸੁਬਹਾ ਇਹਨਾਂ ਨੂੰ ਦਾਣਾ ਪਾਇਆ ਸੀ ਸੁਬਹਾ ਤਾਂ ਕੱਢਿਆ ਇਹਨੇ ਤਾਂ ਸੁਬਹਾ ਮੈਂ ਵੀਡੀਓ ਨਹੀਂ ਬਣਾ ਸਕਦਾ ਅਤੇ ਬਾਕੀ ਹੁਣ ਤੁਸੀਂ ਵੇਖ ਸਕਦੇ ਹੋ ਮਾਸ਼ਾਅੱਲਾ ਸਾਰੇ ਜਿਹੜੇ ਨੇ ਮੈਂ ਆਖਿਆ ਜੀ ਧੁੱਪ ਵੀ ਨਹੀਂ ਚੜ੍ਹੀ ਹੈ ਸੂਰਜ ਜਿਹੜਾ ਕੋਈ ਖਾਸ ਨਹੀਂ ਨਿਕਲਿਆ ਬੱਦਲ ਹੀ ਬਣੇ ਨੇ ਹਾਰ ਸੈਰ 'ਤੇ ਅਤੇ ਮੌਸਮ ਮਾਸ਼ਾਅੱਲਾ ਬੜਾ ਪਿਆਰਾ ਹੋਇਆ ਨਾ ਹੀ ਇੰਨੀ ਗਰਮੀ ਹੈ ਨਾ ਹੀ ਸਰਦੀ ਸੋਹਣਾ ਸੋਹਣਾ ਮੌਸਮ ਹੈ ਮਾਸ਼ਾਅੱਲਾ ਮੌਸਮ ਬੜਾ ਕਮਾਲ ਦਾ ਅੱਜ ਧੁੱਪ ਨਹੀਂ ਨਿਕਲੀ ਹੈ ਅਤੇ ਮਾਲ ਨੂੰ ਪੱਠੇ ਪਾਏ ਨੇ ਫਰੀ ਹੋਏ ਹਾਂ ਜਨਾਬ ਅਤੇ ਨਾ ਧੋ ਕੇ ਅਤੇ ਆਖਿਆ ਚਲੋ ਜੀ ਆਪਣਾ ਵੀਡੀਓ ਬਣਾਈਏ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਹੋ ਇਹ ਇੱਕ ਛੋਟਾ ਜਿਹੜਾ ਇਹਨਾਂ ਵਿੱਚ ਖੁੱਡਾ ਬਣਾਇਆ ਜਾਲ ਦੇ ਵਿੱਚ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਇਹ ਕਬੂਤਰਾਂ ਨੂੰ ਮਿਸਾਲ ਦੇ ਤੌਰ 'ਤੇ ਅਗਰ ਦਵਾਈ ਵਗੈਰਾ ਲਾਉਣੀ ਹੈ ਜਾਂ ਕੋਈ ਵੀ ਸਿਲਸਿਲਾ ਕਬੂਤਰ ਬਿਮਾਰ ਹੁੰਦਾ ਜਾਂ ਕੋਈ ਕਬੂਤਰ ਵੱਖਰਾ ਰੱਖਣਾ ਨਾ ਅਤੇ ਉਹਦੇ ਵਾਸਤੇ ਆ ਜਿਹੜਾ ਨਾ ਲਹਿਦਾ ਵੇਖਣਾ ਛੋਟਾ ਜਿਹਾ ਖੁੱਡੇ ਦੇ ਵਿੱਚ ਹੀ ਨਾ ਖੁੱਡਾ ਤਿਆਰ ਕੀਤਾ ਤੁਸੀਂ ਵੇਖ ਸਕਦੇ ਹੋ ਇਹ ਵੀ ਅਤੇ ਖੁਦ ਹੀ ਤਿਆਰ ਕੀਤਾ ਇਹਦੀ ਮੈਂ ਵੀਡੀਓ ਨਹੀਂ ਬਣਾ ਸਕਿਆ ਬਾਕੀ ਆਪੋ ਹੀ ਮੈਂ ਤਿਆਰ ਕੀਤਾ ਯਾਰ ਮਾਲ ਮਾਸ਼ਾਅੱਲਾ ਅਲਹਮਦੁਲਿਲਾ ਧੁੱਪ ਇੰਨੀ ਜ਼ਿਆਦਾ ਨਹੀਂ ਹੈ ਬੱਦਲ ਬਣੇ ਆ ਤੁਹਾਨੂੰ ਅੱਗੇ ਵੀ ਦੱਸਿਆ ਅਤੇ ਪੱਠੇ ਛੱਠੇ ਖਾ ਕੇ ਸਾਰਾ ਮਾਲ ਅਲਹਮਦੁਲਿਲਾ ਮੱਝਾਂ ਆ ਗਈਆਂ ਫਿਰ ਜੁੜ ਗਈਆਂ ਹਾਂ ਬਈ ਮੱਝਾਂ ਫਿਰ ਸ਼ੁਰੂ ਹੋ ਗਈਆਂ ਵੇਖ ਸਕਦੇ ਹੋ ਉਹ ਬੈਠੀ ਜੇ ਵੱਡਿਆ ਸਿੰਘ ਵਾਲੀ ਸਿੰਘ ਮਾਸ਼ਾਅੱਲਾ ਮਾਝ ਤਾਂ ਚੈੱਕ ਕਰੋ ਯਾਰ ਇਹਦਾ ਨਾਂ ਹੀ ਵੱਡਿਆ ਸਿੰਘ ਵਾਲਾ ਰੱਖਿਆ ਹੈ ਵੱਡਿਆ ਸਿੰਘ ਵਾਲੀ ਮੱਝ ਨੂੰ ਆਵਾਜ਼ ਮਾਰੀਏ ਨਾ ਵੱਡਿਆ ਸਿੰਘ ਵੱਡੇ ਸਿੰਘ ਅਤੇ ਆਉਂਦੀ ਹੈ ਉੱਧਰ ਧਾਰ ਕੱਢਣੀ ਹੋਵੇ ਨਾ ਜਿਸ ਟਾਈਮ ਦੂਸਰੀ ਵੇਲੀ ਉੱਥੇ ਜੀ ਪਰ ਨਾ ਤੁਹਾਨੂੰ ਵੇਖਿਆ ਐਸ ਵੇਲੀ ਧਾਰ ਕੱਢੀ ਦੀ ਹੈ ਜਿਸ ਟਾਈਮ ਧਾਰਾਂ ਕੱਢਣੀਆਂ ਹੁੰਦੀਆਂ ਨਾ ਅਤੇ ਉਹਨੂੰ ਆਵਾਜ਼ ਮਾਰੀ ਇਹਨਾਂ ਦੀ ਜਿਸ ਟਾਈਮ ਮਾਰੀ ਆਉਂਦੀ ਹੈ ਆਹ ਵੱਡੇ ਸਿੰਘ ਆਹ ਵੱਡੇ ਸਿੰਘ ਵੇਖਦੀ ਹੈ ਮੱਝ ਮਾਸ਼ਾਅੱਲਾ ਹੁੰਦੇ ਫਿਰ ਮੈਂ ਛੱਤ ਮੈਂ ਵੇਖਿਆ ਜੀ ਵੇਖ ਰਹੀ ਹੈ ਆਹ ਵੱਡੇ ਸਿੰਘ ਸੁਣ ਰਹੀ ਹੈ ਜਨਾਬ ਤੁਸੀਂ ਵੇਖ ਸਕਦੇ ਹੋ ਮਾਸ਼ਾਅੱਲਾ ਇਹ ਵੇ ਵੱਡੇ ਸਿੰਘ ਅਤੇ ਵੱਡੇ ਸਿੰਘਾਂ ਦੀ ਮੱਝ ਠੀਕ ਇਹਨੂੰ ਮੈਂ ਵੱਡੇ ਸਿੰਘ ਹੀ ਆਖਦਾ ਹਾਂ ਵੱਡੇ ਸਿੰਘ ਅੱਖਾਂ ਚੈੱਕ ਕਰੋ ਵੇਖ ਰਹੀ ਜੀ ਹਾਂ ਵੱਡੇ ਸਿੰਘ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਹੋ ਜੀ ਵੱਡੇ ਸਿੰਘ ਨੇ ਮੂੰਹ ਚੁੱਕ ਲਿਆ ਉਹਨੂੰ ਮੈਂ ਨਜ਼ਰ ਆ ਗਿਆ ਮੈਂ ਸਿੰਘ ਵੇਖੋ ਜਰਾ ਚੈੱਕ ਕਰੋ ਵੈਸੇ ਕਮਾਲ ਦੇ ਨਹੀਂ ਸਿੰਘ ਮਾਸ਼ਾਅੱਲਾ ਮੈਨੂੰ ਕਰ ਦਿੰਦਾ ਕਿਆ ਬਾਤ ਹੈ ਮਾਸ਼ਾਅੱਲਾ ਬੜੀ ਚੰਗੀ ਅਤੇ ਨਸਲੀ ਮੱਝ ਹੈ ਮਾਸ਼ਾਅੱਲਾ ਵੀ ਯਾਰ ਅਤੇ ਸਾਰਾ ਹੀ ਮਾਲ ਵੀ ਵੱਧ ਤੋਂ ਵੱਧ ਤੁਸੀਂ ਵੇਖ ਸਕਦੇ ਹੋ ਮੁਗਰਾ ਵਿੱਚ ਸੈਰਾਂ ਕਰਨ ਲੱਗੇ ਆ ਜੇ ਮੁਗਰੇ ਦਾ ਕੰਮ ਚੈੱਕ ਕਰੋ ਅਤੇ ਮਿਸਤਰੀ ਦਾ ਮੁਗਰਾ ਜੇ ਇਹ ਵੀ ਇੱਥੇ ਰਹਿੰਦਾ ਦਿਨ ਰਾਤ ਉੱਧਰ ਮਾਲੀ ਬੈਠੇ ਆ ਜੇ ਬਾਕੀ ਪਿੰਡਾਂ ਦਾ ਮਾਹੌਲ ਤੁਸੀਂ ਵੇਖਦੇ ਹੀ ਰਹਿੰਦੇ ਹੋ ਉੱਥੇ ਤੁਹਾਨੂੰ ਵਹਾਈਦਾ ਮਾਸ਼ਾਅੱਲਾ ਅੱਜ ਕੱਲ੍ਹ ਜਿਹੜਾ ਨਾ ਕਣਕ ਨੇ ਨਾ ਹਰ ਸਾਈਡ 'ਤੇ ਹਰਿਆਲੀ ਹਰਿਆਲੀ ਕੀਤੀ ਅਤੇ ਬੜਾ ਜਿਹਾ ਖੂਬਸੂਰਤ ਜਿਹਾ ਮਾਹੌਲ ਬਣਿਆ ਜਨਾਬ ਸ਼ੂਟਿੰਗ ਵਾਲਾ ਹੈ ਜੀ ਹਰ ਸਾਈਡ 'ਤੇ ਮਾਸ਼ਾਅੱਲਾ ਸਬਜ਼ਾ ਹੀ ਸਬਜ਼ਾ ਸੂਰਜ ਵੀ ਤੁਸੀਂ ਵੇਖ ਸਕਦੇ ਹੋ ਹਲਕਾ ਹਲਕਾ ਨਿਕਲੇ ਹੈ ਬੱਦਲਾਂ ਨੇ ਘੇਰਾ ਪਾਏ ਆ ਸੂਰਜ 'ਤੇ ਵੀ ਬੱਦਲ ਕਾਫੀ ਜ਼ਿਆਦਾ ਨੇ ਅਤੇ ਮੌਸਮ ਜਿਹੜਾ ਨਾ ਉਹ ਇਸ ਤਰ੍ਹਾਂ ਦਾ ਹੀ ਹੈ ਮਾਸ਼ਾਅੱਲਾ ਤੁਸੀਂ ਵੇਖ ਸਕਦੇ ਹੋ ਅਸੀਂ ਬੱਦਲਾਂ ਦਾ ਮੌਸਮ ਬਣੇ ਹੈ ਬਾਕੀ ਤੁਹਾਨੂੰ ਜਨਾਬ ਜਾਨਵਰ ਵਹਾਏ ਨੇ ਅਲਹਮਦੁਲਿਲਾ ਜਾਨਵਰ ਸਾਰੇ ਬਿਲਕੁਲ ਤੰਦਰੁਸਤ ਨੇ ਐਕਟਿਵ ਨੇ ਨੇੜਿਓਂ ਕਰਕੇ ਫਿਰ ਵਹਾਉਂਦੇ ਹਾਂ ਜਨਾਬ ਮਜ਼ੇ ਕਰ ਰਹੇ ਨੇ ਫੁੱਲ ਦਾਣਾ ਸ਼ਾਣਾ ਖਾ ਰਹੇ ਨੇ ਠੀਕ ਹੈ ਜੀ ਅਤੇ ਅੱਲਾ ਖੈਰ ਕਰੇ ਇਹਨੂੰ ਉਡਾਉਣ ਦੇ ਵੀ ਕਿਉਂਕਿ ਸਾਰੇ ਜਿਹੜੇ ਉੱਡਣ ਦੇ ਫਿਰ ਹੋਰ ਜ਼ਿਆਦਾ ਮਾਹੌਲ ਬਣੇ ਦਾ ਮਜ਼ਾ ਆਵੇ ਤਾਂ ਇਹਨਾਂ ਨੂੰ ਉਡਾਉਣ ਤੋਂ ਬਾਅਦ ਜਿਹੜੀ ਅਸਲ ਮਿਹਨਤ ਹੈ ਨਾ ਉਹ ਫਿਰ ਹੀ ਲੱਭਦੀ ਹੈ
ਕਿ ਕਿੰਨੇ ਕੋਈ ਛੱਤ ਤੇ ਰਹਿੰਦੇ ਨੇ ਕਿੰਨੇ ਕੋਈ ਨਸਦੇ ਨੇ ਇਹਨਾਂ ਨੂੰ ਤਿਆਰ ਕਰਕੇ ਲਿਆ ਵੀ ਇਹਨਾਂ ਜੇ 50 ਕਬੂਤਰ ਜਾਂ 100 ਕਬੂਤਰ ਡਾਈਏ ਤੇ ਵਿੱਚੋਂ 10 ਵੀ ਤਿਆਰ ਹੁੰਦੇ ਨੇ ਬਾਕੀ ਸਾਰੇ ਅਗਾ ਪਿਛਾਈ ਹੋ ਜਾਂਦੇ ਨੇ ਤੇ ਜਿਹੜੇ ਦੋਸਤ ਕਬੂਤਰ ਰੱਖਦੇ ਨੇ ਉਹ ਸਾਰੇ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਕਬੂਤਰ ਤਿਆਰ ਕਰਨੇ ਬੜੇ ਮੁਸ਼ਕਲ ਹੁੰਦੇ ਨੇ ਐਡਾ ਸੌਖਾ ਕੰਮ ਨਹੀਂ ਇਹਨਾਂ ਨੂੰ ਤਿਆਰ ਕਰਨਾ ਲੇਕਿਨ ਜਿਹੜੇ ਤਿਆਰ ਹੋਏ ਉਹਨਾਂ ਨੇ ਮਾਸ਼ਾਅੱਲਾ ਵੇਖਣਾ ਬੱਚਾ ਬਿਲਕੁਲ ਇਹਦੀਆਂ ਸਰਾਂ ਜਨਾਬ ਮਾਸ਼ਾਅੱਲਾ ਵੱਡੀਆਂ ਵੱਡੀਆਂ ਹੋਈਆਂ ਨੇ ਅਤੇ ਜਿਹੜੀਆਂ ਸਰਾਂ ਦੀ ਪਟਾਈ ਪਹਿਲਾਂ ਹੋਈ ਸੀ ਨਾ ਅਤੇ ਉਹ ਤਾਂ ਮਾਸ਼ਾਅੱਲਾ ਜੇ ਵੇਖਣਾ ਤੁਸੀਂ ਸਾਰਿਆਂ ਦੇ ਵੇਖ ਸਕਦੇ ਹੋ ਨੇੜੇ ਲੱਗੀਆਂ ਨੇ ਇਨਸ਼ਾਅੱਲਾ ਅਤੇ ਕੁਝ ਪਟਾਈ ਬਾਅਦ 'ਚ ਕੀਤੀ ਕਿਉਂਕਿ ਮੈਂ ਸਾਰੀ ਪਟਾਈ ਇਕੱਠੀ ਨਹੀਂ ਕੀਤੀ ਹੈ ਅਤੇ ਜ਼ਿਆਦਾ ਵਕਫਾ ਵੀ ਹੋ ਗਿਆ ਸੀ ਤਕਰੀਬਨ 5 ਦਿਨ ਦਾ ਵਕਫਾ ਜ਼ਿਆਦਾ ਜ਼ਿਆਦਾ ਕਰਨਾ ਚਾਹੀਦਾ ਮੇਰੇ ਕੋਲ 10 ਤੋਂ 12 ਦਿਨ ਦਾ ਵਕਫਾ ਹੋਇਆ ਪਟਾਈ 'ਚ ਅਤੇ ਚਲੋ ਉਹਦੀ ਵੀ ਬਿਹਤਰੀ ਹੈ ਲੇਕਿਨ ਇਹ ਕਿ ਫਿਰ ਪਰ ਜ਼ਰਾ ਲੇਟ ਨਾ ਲੈਂਦੇ ਬਾਕੀ ਜਿਹੜੀ ਪਹਿਲੇ ਪਟਾਈ ਹੋਈ ਸੀ ਉਹ ਤੁਸੀਂ ਵੇਖ ਸਕਦੇ ਹੋ ਮਾਸ਼ਾਅੱਲਾ ਉਹ ਸਰਾਂ ਕਾਫੀ ਜ਼ਿਆਦਾ ਜਿਹੜਾ ਨਾ ਉਹ ਬੱਚਿਆਂ ਨੇ ਕੱਢ ਲਈਆਂ ਨੇ ਇਹ ਜਾਨਵਰ ਚੈੱਕ ਕਰੋ ਮਾਸ਼ਾਅੱਲਾ ਅੱਖ ਸਿਆਹ ਕਾਲੀ ਆਪੂ ਫੁੱਲ ਸਫੈਦ ਕਿਆ ਬਾਤ ਹੈ ਮਾਸ਼ਾਅੱਲਾ ਬਾਕੀ ਤੁਸੀਂ ਵੇਖ ਸਕਦੇ ਹੋ ਜਵਾਨੋ ਸਾਰੇ ਵੱਧ ਤੋਂ ਵੱਧ ਜਾਨਵਰ ਨੇ ਮਾਸ਼ਾਅੱਲਾ ਅਤੇ ਸਰਾਂ ਜਿਹੜੀਆਂ ਨੇ ਨਾ ਕੱਢ ਲਈਆਂ ਨੇ ਕਾਫੀ ਜ਼ਿਆਦਾ ਮਾਸ਼ਾਅੱਲਾ ਸਰਾਂ ਨਿਕਲੀਆਂ ਨੇ ਦੁਬਾਰਾ ਕਬੂਤਰ ਯਾਰ ਫੇਰੇ ਮਾਰਦਾ ਹੈ ਜੇ ਲਹਿੰਦਾ ਨਹੀਂ ਪਿਆ ਜੇ ਸਭ ਮੇਰਾ ਦਿਲ ਹੈ ਤੁਹਾਨੂੰ ਉਹਦਾ ਵੀ ਸ਼ੌਕ ਰਹੀ ਫੜੀਏ ਸੋ ਇਨਸ਼ਾਅੱਲਾ ਬੱਚਾ ਸੋਹਣਾ ਹੈ ਬੱਚਾ ਹੀ ਹੈ ਅਤੇ ਕਾਲ ਬੁੰਡਾ ਵੇ ਬਾਕੀ ਇਹ ਤੱਕ ਲੱਥਾ ਨਹੀਂ ਹੈ ਜੇ ਲਹਿੰਦਾ ਤਾਂ ਇਨਸ਼ਾਅੱਲਾ ਉਹਦਾ ਵੀ ਤੁਹਾਨੂੰ ਸ਼ੌਕ ਕਰਾਉਂਦੇ ਹਾਂ।